ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਚੈਨਲ ਕਵਡੀ ਐਕਸਪ੍ਰੈਸ ਤੇ ਅਸੀਂ ਤੁਹਾਨੂੰ ਇਹ ਖਬਰ ਦਿੰਦੇ ਹੋਏ ਬਹੁਤ ਦੁੱਖ ਮਹਿਸੂਸ ਕਰ ਰਹੇ ਹਾਂ ਹਾਂ ਦੋਸਤੋ ਮੇਰੀ ਖਬਰ ਮੁਤਾਬਕ ਕਵਡੀ ਖਿਡਾਰੀ ਪੰਮਾ ਉਮਰਵਾਲ ਦਾ ਬਹਿਰੀਨ ਵਿੱਚ ਕਤਲ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਸਾਨੂੰ ਇੰਸਟਾਗ੍ਰਾਮ ਦੇ ਪੇਜ ਪੰਜਾਬ ਕਵਡੀ ਕਿੰਗਸ ਦੁਆਰਾ ਦਿੱਤੀ ਗਈ ਹੈ ਉਨ੍ਹਾਂ ਦੇ ਦੱਸਣ ਮੁਤਾਬਕ ਕਿ ਪੰਮਾ ਉਮਰਵਾਲ ਨੇ ਇੱਕ ਕਬੱਡੀ ਦੇ ਮੁਕਾਬਲੇ ਵਿੱਚ ਬੈਸਟ ਖਿਡਾਰੀ ਬਣਦੇ ਹੋਏ 1 ਲੱਖ ਰੁਪਏ ਦਾ ਇਨਾਮ ਜਿੱਤਿਆ ਸੀ ਜੋ ਕਿ ਪੰਮੇ ਦੇ ਪਿੰਡ ਦੇ ਮੁੰਡਿਆਂ ਨੇ ਉਸ ਤੋਂ ਖੋਹ ਕੇ ਪੰਮੇ ਦਾ ਕਤਲ ਕਰ ਦਿੱਤਾ ਇਹ ਖਬਰ ਤੁਹਾਨੂੰ ਇੰਸਟਾਗ੍ਰam ਦੀ ਪੋਸਟ ਦੇ ਆਧਾਰ ਤੇ ਦਿੱਤੀ ਗਈ ਹੈ ਅਸੀਂ ਇਸ ਖਬਰ ਦੀ ਪੂਰੀ ਤਰ੍ਹਾਂ ਨਾਲ ਪੋਸਟ ਨਹੀਂ ਕਰਦੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਹਰ ਕਿਸੇ ਤੱਕ ਪਹੁੰਚ ਸਕੇ ਤੇ ਇੱਕ ਵੱਡੀ ਖਿਡਾਰੀ ਪੰਮਾ ਅਮਰਵਾਲ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਸਕੇ। ਹਾਂਜੀ ਦੋਸਤੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ। ਜੇਕਰ ਤੁਸੀਂ ਹਾਲ ਤੱਕ ਆਪਣੇ ਚੈਨਲ ਕਵਰ ਡੀ ਐਕਸਪ੍ਰੈਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਹਰ ਆਉਣ ਵਾਲੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ। ਤੁਹਾਡਾ ਬਹੁਤ-ਬਹੁਤ ਧੰਨਵਾਦ।